ਵੀਜ਼ਾ ਰਿਫਿਊਜ਼ ਹੋ ਰਿਹਾ ਵਾ ਨੰਬਰ ਕਰਕੇ, ਪੜ੍ਹਾਈ 'ਚ ਨੰਬਰ ਘੱਟ ਹੈ, ਬੱਚਾ ਕੈਨੇਡਾ ਜਾਣਾ ਚਾਹੁੰਦਾ ਬਟ ਬੱਚੇ ਦੀ ਪੜ੍ਹਾਈ 'ਚ ਗੈਪ ਹੈ, ਗੈਪ ਨੂੰ ਜਸਟੀਫਾਈ ਨਹੀਂ ਕਰਦੇ ਪਏ ਬੱਚਾ, ਬੱਚੇ ਦੇ 6 ਬੈਂਡ ਈ 'ਚ ਨਹੀਂ ਹੈਗੇ ਤਾਂ ਵੀ ਵੀਜ਼ਾ ਲੈਣਾ ਚਾਹੁੰਦਾ, ਅਸੀਂ ਉਹਨਾਂ ਸਾਰੇ ਬੱਚਿਆਂ ਨੂੰ ਭੇਜਣ ਦਾ ਦਾਅਵਾ ਕਰਦੇ ਹਾਂ ਜਿਹੜੇ ਨਾਮਰਾਦ ਹੋ ਕੇ ਘਰ ਬੈਠੇ ਹੋਏ। ਜਿਨ੍ਹਾਂ ਵਿਦਿਆਰਥੀਆਂ ਨੂੰ 6-6, 7-7 ਵਾਰ, 8-8 ਵਾਰ ਰਿਫਿਊਜ਼ਲ ਹੋ ਚੁੱਕੀ ਹੈ, ਅੰਬੈਸੀ ਵੱਲੋਂ ਰਿਫਿਊਜ਼ਲ ਹੋਈ ਹੈ, ਫਿਰ ਅੰਬੈਸੀ ਦੇ ਵਿੱਚ ਕਿਹੜੀ ਸੈਟਿੰਗ ਹੈ ਜਿਹਦੇ ਤੁਸੀਂ ਉਹਨਾਂ ਦੇ ਵੀਜ਼ੇ ਆਪਣੇ ਵੱਲੋਂ ਪੂਰਾ ਦਾਅਵਾ ਕਰਦੇ ਹੋ ਕਿ ਲਵਾ ਸਕਦੇ? ਜਿਹੜੇ ਪੰਜਾਬੀ ਬੋਲਣ ਵਾਲੇ ਸੂਬੇ ਆ ਉੱਥੋਂ ਬੱਚਿਆਂ ਦਾ ਬਾਹਰ ਜਾਣ ਦੇ ਵਿੱਚ ਬਹੁਤ ਜ਼ਿਆਦਾ ਕਰੇਜ਼ ਹੈ। ਤੁਸੀਂ ਟੋਰਾਂਟੋ ਵੈਨਕੂਵਰ ਜਾਣਾ, ਹਜੇ ਵੀ ਜਨਵਰੀ ਇਨਟੇਕ ਦੀਆਂ ਸੀਟਾਂ ਖਾਲੀ ਹੈ ਬਹੁਤ ਸਾਰੇ ਕਾਲਜਾਂ ਦੇ ਵਿੱਚ, ਕਿਸੇ ਦਾ 2-4-5 ਵਾਰੀ ਰਿਫਿਊਜ਼ ਹੈ, ਦੇ ਆਲ ਆਰ ਵੈਲਕਮ। ਜਿਹੜਾ ਦੇ ਵੀਜ਼ੇ ਨਹੀਂ ਲੱਗਦੇ ਉਹਨਾਂ ਲੋਕਾਂ ਨੂੰ ਅਸੀਂ ਸਮਝਾਉਣਾ ਚਾਹੁੰਦੇ ਹਾਂ ਵੀ ਕਿੱਦਾਂ ਜਾ ਸਕਦੇ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਅੱਜ ਅਸੀਂ ਜਲੰਧਰ ਪਹੁੰਚੇ ਹਾਂ, ਜਲੰਧਰ ਦੇ ਵਿੱਚ ਵਿਨੇ ਹੈਰੀ ਦੇ ਆਫਿਸ ਦੇ ਵਿੱਚ ਖੜ੍ਹੇ ਹਾਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਕੋਈ ਵੀ ਰਿਫਿਊਜ਼ਲ ਕੇਸ ਆਉਂਦਾ ਤਾਂ ਇਹ ਕਹਿੰਦੇ ਨੇ ਕਿ ਅਸੀਂ ਹਰ ਰਿਫਿਊਜ਼ਲ ਕੇਸ ਦਾ ਹੱਲ ਲੱਭ ਲੈਂਦੇ ਹਾਂ। ਵਿਨੇ ਹੈਰੀ ਦਾ ਸਵਾਗਤ ਕਰਦੇ ਹਾਂ ਸਰ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ। ਧੰਨਵਾਦ ਜੀ, ਧੰਨਵਾਦ ਤੁਹਾਡਾ। ਸੈਮੀਨਾਰ ਕਰਵਾਉਣ ਜਾ ਰਹੇ ਹੋ, ਕੀ ਤਰੀਕਾ ਰੱਖੀਆਂ ਗਈਆਂ ਨੇ, ਉਹਦਾ ਸਭ ਤੋਂ ਬੇਸ ਕੀ ਹੋਊਗਾ? ਸਭ ਤੋਂ ਜ਼ਿਆਦਾ ਬੇਸ ਹੈ ਕਿ ਜਿਹੜਾ ਦੇ ਵੀਜ਼ੇ ਨਹੀਂ ਲੱਗਦੇ ਉਹਨਾਂ ਲੋਕਾਂ ਨੂੰ ਅਸੀਂ ਸਮਝਾਉਣਾ ਚਾਹੁੰਦੇ ਹਾਂ ਵੀ ਕਿੱਦਾਂ ਜਾ ਸਕਦੇ ਜੇ। ਕੋਈ ਵੀ ਕੰਮ ਔਖਾ ਨਹੀਂ ਹੁੰਦਾ, ਜਦੋਂ ਵੀ ਅਸੀਂ ਰੂਟੀਨ 'ਚ ਕੰਮ ਕਰਦੇ ਹਾਂ ਸਾਨੂੰ ਥੋੜ੍ਹੀ ਜਿਹੀ ਸਪੈਸ਼ਲਾਈਜੇਸ਼ਨ ਹੁੰਦੀ ਹੈ। ਇੱਕ ਇਨਸਾਨ ਨੇ ਰੋਜ਼ ਇੱਕੋ ਹੀ ਕੰਮ ਕਰਨਾ ਅਤੇ ਉਹਦੀ ਸਪੈਸ਼ਲਾਈਜੇਸ਼ਨ, ਉਹਦੀ ਮਾਸਟਰੀ ਉਹਦੇ ਵਿੱਚ ਹੁੰਦੀ ਹੈ। ਇੱਕ ਬੱਚਾ ਜਿਹਨੇ ਕੈਨੇਡਾ ਜਾਣਾ ਉਹ ਪਹਿਲੀ ਵਾਰੀ ਅਪਲਾਈ ਕਰਦਾ ਪਿਆ, ਹੋ ਸਕਦਾ ਉਹਨੂੰ ਨਹੀਂ ਸਮਝ ਲੱਗੇ ਉਹਦੇ ਬੈਂਡ ਘੱਟ ਹੈ, ਨੰਬਰ ਘੱਟ ਹੈ, ਅੱਜ ਦੇ 'ਚ ਬੈਂਡ ਘੱਟ ਹੈ। ਅਸੀਂ ਰੋਜ਼ ਇਹ ਕੰਮ ਕਰਦੇ ਹਾਂ। ਅਸੀਂ ਸ਼ਨੀਵਾਰ ਨੂੰ ਸੈਮੀਨਾਰ ਰੱਖਿਆ ਹੋਇਆ ਵਾ, ਸ਼ਨੀਵਾਰ ਔਰ ਐਤਵਾਰ 2 ਦਿਨ ਸਾਡਾ ਸੈਮੀਨਾਰ ਹੈ ਔਰ ਇਹ ਇਨ ਹਾਊਸ ਸੈਮੀਨਾਰ ਨੇ। ਸ਼ਨੀਵਾਰ ਨੂੰ ਅਸੀਂ ਜਲੰਧਰ ਦੇ ਵਿੱਚ ਈਵੈਂਟ ਰੱਖਿਆ, ਐਤਵਾਰ ਦਾ ਸਾਡਾ ਈਵੈਂਟ ਚੰਡੀਗੜ੍ਹ ਬ੍ਰਾਂਚ ਦੇ ਵਿੱਚ ਹੈ। 16 ਤਰੀਕ ਹੈ ਸਾਡੀ ਜਲੰਧਰ ਦੇ ਵਿੱਚ ਅਤੇ 17 ਤਰੀਕ ਹੈ ਚੰਡੀਗੜ੍ਹ ਦੇ ਵਿੱਚ। ਜਿੰਨਾ ਵੀ ਸਟੂਡੈਂਟ ਦਾ ਵੀਜ਼ਾ 2-4-5 ਵਾਰੀ ਰਿਫਿਊਜ਼ ਹੈ ਉਹਨਾਂ ਸਾਰੇ ਸਟੂਡੈਂਟ ਨੂੰ ਖੁੱਲ੍ਹਾ ਸੱਦਾ ਵਾ, ਹੁੰਮ ਹੁਮਾ ਕੇ ਪਹੁੰਚੋ। ਆਪਦਾ ਆਉਣ ਤੋਂ ਪਹਿਲਾਂ ਸਾਡੇ ਨਾਲ 1-to-1 ਅਪੁਆਇੰਟਮੈਂਟ ਲਓ। ਅਸੀਂ ਨੰਬਰ ਵੀ ਫਲੈਸ਼ ਕਰਦੇ ਪਏ ਆਪਣੇ ਨੰਬਰਾਂ 'ਤੇ ਕਾਲ ਕਰਕੇ, ਬੱਚਾ ਆਪਣੇ ਮਾਂ ਬਾਪ ਦੇ ਨਾਲ ਆਵੇ ਸਾਡੇ ਕੋਲ, ਇਕੱਲੀ ਇਕੱਲੀ ਚੀਜ਼ ਸਮਝੇ। ਵੀਜ਼ਾ ਰਿਫਿਊਜ਼ ਕਿਉਂ ਹੁੰਦਾ ਪਿਆ ਵਾ? ਵੀਜ਼ਾ ਰਿਫਿਊਜ਼ ਹੋ ਰਿਹਾ ਵਾ ਨੰਬਰ ਕਰਕੇ, ਪੜ੍ਹਾਈ 'ਚ ਨੰਬਰ ਘੱਟ ਹੈ, ਬੱਚਾ ਕੈਨੇਡਾ ਜਾਣਾ ਚਾਹੁੰਦਾ ਬਟ ਬੱਚੇ ਦੀ ਪੜ੍ਹਾਈ 'ਚ ਗੈਪ ਹੈ, ਗੈਪ ਨੂੰ ਜਸਟੀਫਾਈ ਨਹੀਂ ਕਰਦੇ ਪਏ ਬੱਚਾ ਵੀਜ਼ਾ ਅਪਲਾਈ ਕਰਨਾ ਚਾਹੁੰਦਾ, ਬੱਚੇ ਦੇ 6 ਬੈਂਡ ਈ 'ਚ ਨਹੀਂ ਹੈਗੇ ਤਾਂ ਵੀ ਵੀਜ਼ਾ ਲੈਣਾ ਚਾਹੁੰਦਾ। ਵੀ 6 ਬੈਂਡ ਈ 'ਚ 70-80% ਨੰਬਰ ਨਾਲ ਵੀ ਵੀਜ਼ਾ ਰਿਫਿਊਜ਼ ਹੋ ਜਾਂਦਾ ਕਿਉਂਕਿ ਕੋਰਸ ਗਲਤ ਲਿੱਤਾ ਗਿਆ ਹੁੰਦਾ। ਅਸੀਂ ਸਹੀ ਕੋਰਸ ਦੇ ਉੱਤੇ ਕੰਮ ਕਰਦੇ ਹਾਂ, ਅਸੀਂ ਉਹਨਾਂ ਸਾਰੇ ਬੱਚਿਆਂ ਨੂੰ ਭੇਜਣ ਦਾ ਦਾਅਵਾ ਕਰਦੇ ਹਾਂ ਜਿਹੜੇ ਨਾਮੁਰਾਦ ਹੋ ਕੇ ਘਰ ਬੈਠੇ ਹੋਏ। ਕਿਸੇ ਦਾ 2-4-5 ਵਾਰੀ ਰਿਫਿਊਜ਼ ਹੈ, ਦੇ ਆਲ ਆਰ ਵੈਲਕਮ, ਸਾਡੇ ਕੋਲ ਆਓ। ਸ਼ਨੀ ਇਤਵਾਰ 2 ਦਿਨ ਅਸੀਂ ਰੱਖੇ ਆ ਵੀਕਐਂਡ ਦੇ ਉੱਤੇ, ਜਿੱਥੇ ਆ ਕੇ ਤੁਸੀਂ ਆਪਣੀਆਂ ਮੰਜ਼ਿਲਾਂ ਤੱਕ ਪਹੁੰਚ ਸਕਦੇ ਹੋ। ਸ਼ਨੀਵਾਰ ਨੂੰ ਅਸੀਂ ਈਵੈਂਟ ਰੱਖਿਆ ਜਲੰਧਰ ਦੇ ਵਿੱਚ BMC ਚੌਂਕ ਸਾਡਾ ਆਫਿਸ, ਔਰ ਐਤਵਾਰ ਦਾ ਈਵੈਂਟ ਮੋਹਾਲੀ ਆਫਿਸ ਦੇ ਵਿੱਚ ਹੈ ਸਾਡੇ ਚੰਡੀਗੜ੍ਹ ਦੇ ਵਿੱਚ। ਜਿੱਥੇ ਬੱਚਾ ਕਿਸੇ ਵੀ ਸਟੇਟ ਤੋਂ ਹੈਗਾ ਉਹ ਐਤਵਾਰ ਨੂੰ ਛੁੱਟੀ ਵਾਲਾ ਦਿਨ ਹੈ, ਚੰਡੀਗੜ੍ਹ ਆ ਸਕਦਾ। ਪੁੱਛ ਲੱਗਾ ਸੀਗਾ ਕਿ ਜ਼ਰੂਰੀ ਆ ਕਿ ਪੰਜਾਬ ਦੇ ਬੱਚੇ ਹੋਣ ਜਾਂ ਬਾਕੀ ਸੂਬਿਆਂ ਤੋਂ ਵੀ ਆ ਸਕਦੇ ਨੇ ਇਹਨਾਂ ਸੈਮੀਨਾਰਾਂ ਦੇ ਵਿੱਚ? ਸਾਨੂੰ ਅਕਸਰ ਦੇਖਿਆ ਗਿਆ ਜਿਹੜੇ ਪੰਜਾਬੀ ਬੋਲਣ ਵਾਲੇ ਸੂਬੇ ਆ ਉੱਥੋਂ ਬੱਚਿਆਂ ਦਾ ਬਾਹਰ ਜਾਣ ਦੇ ਵਿੱਚ ਬਹੁਤ ਜ਼ਿਆਦਾ ਕਰੇਜ਼ ਹੈ। ਜਦੋਂ ਕੋਈ ਪੰਜਾਬੀ ਬੋਲਦਾ ਉਹਦਾ ਅੱਜ ਨਵੇਂ ਪੰਜਾਬ ਦੇ ਵਿੱਚ ਜਾਣਾ ਚਾਹੁੰਦਾ ਵਾ, ਜੋ ਨਵਾਂ ਪੰਜਾਬ ਸਿਰਜਿਆ ਉਹ ਟੋਰਾਂਟੋ ਦੇ ਵਿੱਚ ਹੈ, ਵੈਨਕੂਵਰ ਦੇ ਵਿੱਚ ਹੈ। ਤੁਸੀਂ ਟੋਰਾਂਟੋ ਵੈਨਕੂਵਰ ਜਾਣਾ, ਹਜੇ ਵੀ ਜਨਵਰੀ ਇਨਟੇਕ ਦੀਆਂ ਸੀਟਾਂ ਖਾਲੀ ਹੈ ਬਹੁਤ ਸਾਰੇ ਕਾਲਜਾਂ ਦੇ ਵਿੱਚ। ਤੁਹਾਨੂੰ ਦਾਖਲਾ ਕੋਈ ਵੀ ਕਰਾ ਦੇਗਾ, ਵੀਜ਼ੇ ਤਾਂ ਕੌਣ ਬਚਾਏਗਾ? ਅਸੀਂ ਵੀਜ਼ੇ 'ਤੇ ਕੰਮ ਕਰਦੇ ਹਾਂ, ਵੀ ਨੋ ਹਾਊ ਟੂ ਡੀਲ ਵਿਦ ਦਾ ਵੀਜ਼ਾਸ। ਅਸੀਂ ਅੱਜ ਤੱਕ 10,000 ਤੋਂ ਵੱਧ ਬੱਚਾ ਬਾਹਰ ਭੇਜ ਚੁੱਕੇ ਹਾਂ। ਸਾਡਾ ਦਿਨ ਚੜ੍ਹਦਾ ਵੀਜ਼ੇ ਨਾਲ, ਚੜ੍ਹਦਾ ਰਾਤ ਪੈਂਦੀ ਹੈ ਵੀਜ਼ੇ ਨਾਲ ਪੈਂਦੀ ਹੈ। ਸਵੇਰ ਤੋਂ ਸ਼ਾਮ ਤੱਕ ਜਦੋਂ ਇੱਕ ਇਨਸਾਨ ਨੇ ਇੱਕੋ ਕੰਮ ਕਰਨਾ ਉਹਨੂੰ ਥੋੜ੍ਹੀ ਜਿਹੀ ਮਾਸਟਰੀ ਮਿਲ ਜਾਂਦੀ ਹੈ, ਥੋੜ੍ਹੀ ਸਪੈਸ਼ਲਾਈਜੇਸ਼ਨ ਹੋ ਜਾਂਦੀ ਹੈ। ਹਰ ਰੋਜ਼ ਦਾ ਕਾਰੋਬਾਰ ਹੈ,
ਅਸੀਂ ਉਹਨਾਂ ਲੋਕਾਂ ਨੂੰ ਭੇਜਿਆ ਜਿਹੜੇ ਨਹੀਂ ਜਾ ਸਕਦੇ। ਸਾਡੇ ਕੋਲ 8 ਵਾਰੀ ਰਿਫਿਊਜ਼ਲ ਵਾਲੇ ਦਾ ਵੀਜ਼ਾ ਲੱਗਾ, ਸਾਡੇ ਕੋਲ 7 ਵਾਰੀ ਰਿਫਿਊਜ਼ਲ ਵਾਲੇ ਦਾ ਵੀਜ਼ਾ ਲੱਗਾ। ਜੀ, ਸਭ ਤੋਂ ਵੱਡਾ ਸਵਾਲ ਇਹੀ ਹੋ ਜਾਂਦਾ ਕਿ ਸਭ ਤੋਂ ਵੱਡੀ ਗਲਤੀ ਕੀ ਸਾਹਮਣੇ ਆਉਂਦੀ ਹੈ ਕੋਈ ਵੀ ਵੀਜ਼ੇ ਦੀ ਅਸੀਂ ਗੱਲ ਕਰਦੇ ਹਾਂ, ਸਭ ਤੋਂ ਵੱਡੀ ਜਾਂ ਸਭ ਤੋਂ ਜ਼ਿਆਦਾ ਵਾਰ ਜਿਹੜੀ ਗਲਤੀ ਕੀਤੀ ਗਈ ਹੈ ਉਹ ਤੁਹਾਡੇ ਹਿਸਾਬ ਨਾਲ ਕਿਹੜੀ ਹੈ? ਪਰਪਜ਼ ਆਫ ਵਿਜ਼ਿਟ ਕਰਕੇ ਵੀਜ਼ਾ ਰਿਫਿਊਜ਼ ਹੁੰਦਾ। ਜਦੋਂ ਤੁਸੀਂ ਕੈਨੇਡਾ ਪੜ੍ਹਨ ਜਾਣਾ, ਤੁਸੀਂ ਕਾਲਜ ਕਿਹੜਾ ਲਿਆ ਅਤੇ ਕੋਰਸ ਕਿਹੜਾ ਲਿਆ, ਤੁਸੀਂ ਕੋਰਸ ਉਹ ਲੈ ਲਿਆ ਜਿਹਦਾ ਤੁਹਾਨੂੰ ਇੰਟਰਸਟ ਹੀ ਨਹੀਂ ਹੈਗਾ, ਜਿਹੜਾ ਤੁਹਾਡੇ ਸਬਜੈਕਟ ਦੇ ਨਾਲ ਮੈਟ ਨਹੀਂ ਮੈਚ ਨਹੀਂ ਕਰਦਾ, ਤੁਸੀਂ ਮੈਥ 'ਚ ਤੁਹਾਡੇ ਨੰਬਰ ਘੱਟ ਹੈ, ਤੁਸੀਂ ਇੰਜੀਨੀਅਰਿੰਗ ਦਾ ਕੋਰਸ ਲੈ ਲਿਆ, ਵੀਜ਼ਾ ਰਿਫਿਊਜ਼ ਹੀ ਹੋਣਾ। ਤੁਹਾਡੇ ਨੰਬਰ ਠੀਕ ਆ, ਸਾਰਾ ਕੁਛ ਠੀਕ ਆ, ਉਹਦੇ ਬਾਵਜੂਦ ਤੁਸੀਂ ਗਲਤ ਕੋਰਸ ਲੈਂਦੇ ਹੋ, ਗਲਤ ਕੋਰਸ ਕਰਕੇ ਵੀਜ਼ਾ ਰਿਫਿਊਜ਼ ਹੁੰਦਾ। ਅਸੀਂ ਬੱਚਿਆਂ ਨੂੰ ਭੇਜਦੇ ਹਾਂ, ਉਹਨਾਂ ਨੂੰ ਭੇਜਦੇ ਹਾਂ ਜਿਹੜੇ ਨਹੀਂ ਜਾ ਸਕਦੇ। ਅੱਜ ਚਾਹੀਦਾ ਕੀ ਹੈ, ਤੁਹਾਡੇ 6 ਬੈਂਡ ਓਵਰਆਲ ਹੋਣੇ ਚਾਹੀਦੇ ਆ। ਤੁਹਾਡੇ 1-2 ਮੋਡਿਊਲ 'ਚ ਘੱਟ ਹੈ, ਤੁਸੀਂ ਫਿਰ ਵੀ ਕੈਨੇਡਾ ਜਾ ਸਕਦੇ ਹੋ। ਤੁਹਾਡੇ 6 ਬੈਂਡ ਨਹੀਂ ਹੈਗੇ, ਅੱਜ ਵੀਜ਼ਾ ਨਹੀਂ ਮਿਲਦਾ ਪਿਆ। ਅੱਜ ਮੈਸੀ ਪੋਜ਼ੀਟਿਵ ਦੇਖਦੀ ਆ ਪੰਜਾਬੀ ਬੱਚਿਆਂ ਨੂੰ ਜਿਨ੍ਹਾਂ ਨੇ ਪਲੱਸ 2 ਕੀਤੀ ਹੈ। ਤੁਹਾਨੂੰ ਪਲੱਸ 2 ਕੀਤਿਆਂ 10 ਸਾਲ ਹੋ ਗਏ, ਸਟਿਲ ਯੂ ਆਰ ਐਲੀਜੀਬਲ। ਤੁਹਾਡਾ ਵਿਆਹ ਹੋਇਆ ਵਾ, ਤੁਸੀਂ ਪਤੀ ਪਤਨੀ ਨਾਲ ਜਾ ਸਕਦੇ ਹੋ, ਫਿਰ ਵੀ ਤੁਸੀਂ ਜਾ ਸਕਦੇ ਹੋ। ਹਰ ਇੱਕ ਪ੍ਰੋਬਲਮ ਦਾ ਸਲੂਸ਼ਨ ਅਸੀਂ ਪ੍ਰੋਵਾਈਡ ਕਰਦੇ ਹਾਂ, ਵੀ ਆਰ ਸਲੂਸ਼ਨ ਪ੍ਰੋਵਾਈਡਰ। ਹੁਣ ਜੀ, ਇਹ ਇਹਨਾਂ ਸੈਮੀਨਾਰਾਂ ਦੀ ਗੱਲ ਕਰੀਏ, ਕਿਹੜੀ ਕਿਹੜੀ ਕੰਟਰੀ ਨੂੰ ਫੋਕਸ ਕਰ ਰਹੇ ਹੋ ਇਹਨਾਂ ਸੈਮੀਨਾਰਾਂ ਦੇ ਦੌਰਾਨ? ਸਿਰਫ ਔਰ ਸਿਰਫ ਕੈਨੇਡਾ ਦੀ ਗੱਲ ਕੀਤੀ ਜਾ ਰਹੀ ਹੈ ਔਰ ਟੋਰਾਂਟੋ ਔਰ ਵੈਨਕੂਵਰ ਦੀ ਗੱਲ ਕੀਤੀ ਜਾ ਰਹੀ ਹੈ। ਜਿਹੜੇ ਬੱਚੇ ਟੋਰਾਂਟੋ ਵੈਨਕੂਵਰ ਜਨਵਰੀ ਇਨਟੇਕ ਲਈ ਜਾਣਾ ਚਾਹੁੰਦੇ ਆ, 15-20 ਦਿਨ ਦੇ ਵਿੱਚ ਵਿੱਚ ਅੱਜ ਵੀਜ਼ਾ ਆ ਰਿਹਾ। ਉੱਥੇ ਦੀ ਵੈਲਕਮ ਗੌਰਮੈਂਟ ਵੀ ਵੈਲਕਮ ਕਰਦੀ ਹੈ, ਕਾਲਜ ਵੀ, ਉੱਥੇ ਦੀ ਸਰਕਾਰ ਵੀ। ਅੱਜ ਜਿਹੜੇ ਸਟੂਡੈਂਟ ਵੀਜ਼ੇ ਦੀ ਐਪਲੀਕੇਸ਼ਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਇਹ ਵੀ ਸੀਗਾ ਪਿੱਛੇ ਜੇ ਹੁਣ ਵੋਟਾਂ ਹੋ ਕੇ ਹਟੀਆਂ, ਇਹ ਵੀ ਕਹਿੰਦੇ ਸੀਗੇ ਸਰਕਾਰ ਨਾ ਬਦਲ ਜਾਵੇ ਇਸ ਕਰਕੇ ਔਖਾ ਹੋ ਸਕਦਾ, ਸਰਕਾਰ ਫਿਰ ਉਹੀ ਬਣ ਗਈ ਹੈ ਹੁਣ, ਉਹਦੇ ਨਾਲ ਵੀ ਕੋਈ ਚੰਗੇ ਅਸਾਰ ਨਹੀਂ? ਦੇਖੋ, ਸਰਕਾਰਾਂ ਦੇ ਨਾਲ ਵੱਡੇ ਵੱਡੇ ਮਸਲੇ ਸੋਲਵ ਹੁੰਦੇ ਆ। ਅੱਜ ਕਰਤਾਰਪੁਰ ਲਾਂਘਾ ਵੀ ਖੁੱਲਿਆ ਹੋਇਆ ਅਤੇ ਅੱਜ ਦੀ ਡੇਟ ਦੇ ਵਿੱਚ ਗੁਰਪੁਰਬ ਵੀ ਆਇਆ। ਅਸੀਂ ਦੇਖ ਰਹੇ ਹਾਂ ਹਰ ਕਿਸੇ ਵੀ ਬਰਾਦਰੀ ਦਾ ਬੰਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਅੱਜ ਹਰ ਬੰਦਾ ਗੁਰੂ ਨਾਨਕ ਮਹਾਰਾਜ ਦੇ ਦਿੱਤੇ ਹੋਏ ਸਾਰੀਆਂ ਚੀਜ਼ਾਂ ਦੇ ਉੱਤੇ ਚੱਲਦਾ ਪਿਆ। ਅੱਜ ਦੀ ਡੇਟ ਦੇ ਵਿੱਚ ਜਿਸ ਵੀ ਬੱਚੇ ਨੇ ਵਿਦੇਸ਼ ਦੇ ਵਿੱਚ ਜਾਣਾ, ਉਹਨੂੰ ਇਹ ਸਮਝਣਾ ਪਏਗਾ ਪਰਪਜ਼ ਕੀ ਉਹਦਾ। ਕੈਨੇਡਾ ਜਾਓਗੇ ਤਾਂ ਪੱਕੇ ਹੋ ਜਾਓਗੇ, ਕਾਲਜ ਕੋਰਸ ਉਹ ਲੈਣਾ ਪੈਣਾ ਜਿਹਦੇ 'ਚ ਵੀਜ਼ਾ ਆਉਣਾ। ਲੋਕਾਂ ਨੂੰ ਵੀਜ਼ੇ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ, ਲੋਕਾਂ ਨੂੰ ਕੋਰਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਅਸੀਂ ਸਮੱਸਿਆ ਨਹੀਂ ਦੱਸਾਂਗੇ, ਤੁਹਾਨੂੰ ਹੱਲ ਤੱਕ ਵੀ ਬਚਾਵਾਂਗੇ। ਹੱਲ ਇਹ ਹੈ ਕਿ ਜਦੋਂ ਕਿਸੇ ਦਾ ਵੀਜ਼ਾ ਰਿਫਿਊਜ਼ ਹੁੰਦਾ ਜੇ, 1.5-2 ਲੱਖ ਰੁਪਏ ਦਾ ਨੁਕਸਾਨ ਹੁੰਦਾ। ਅਸੀਂ ਪੈਸੇ ਬਾਅਦ 'ਚੋਂ ਲੈਂਦੇ ਹਾਂ, ਅਸੀਂ ਕਿਸੇ ਵੀ ਕਲਾਇੰਟ ਕੋਲੋਂ ਪਹਿਲਾਂ ਪੈਸੇ ਨਹੀਂ ਮੰਗਦੇ। ਤੁਸੀਂ ਪਹਿਲਾਂ ਸਾਡੇ ਕੋਲੋਂ ਆਪਣਾ ਵੀਜ਼ਾ ਲੈਣਾ, ਉਸ ਤੋਂ ਬਾਅਦ ਸਾਨੂੰ ਪੈਸੇ ਦੇਣੇ ਹੈ। ਔਰ 2 ਦਿਨ ਦਾ ਈਵੈਂਟ ਹੈ, ਜਲੰਧਰ ਔਰ ਚੰਡੀਗੜ੍ਹ ਦੇ ਵਿੱਚ ਈਵੈਂਟ ਹੈ। ਜਲੰਧਰ ਦੇ ਵਿੱਚ ਤੁਸੀਂ ਸ਼ਨੀਵਾਰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਆਓ। ਕੋਈ ਵੀ ਪੈਸਾ ਵੀਜ਼ਾ ਲੱਗਣ ਤੋਂ ਪਹਿਲਾਂ ਨਹੀਂ ਦੇਣਾ। ਅੱਜ ਸਟੂਡੈਂਟ ਦੇ ਵਿੱਚ ਕੈਨੇਡਾ ਜਾਣ ਦਾ ਰੁਝਾਨ ਵਧਿਆ ਹੋਇਆ, ਰੁਜ਼ਗਾਰ ਕਰਕੇ ਵਧਿਆ ਹੋਇਆ। ਪੱਕੀਆਂ ਉੱਥੇ ਦੀਆਂ ਪੋਲਿਸੀਆਂ, ਉੱਥੇ ਦੀ ਸਰਕਾਰ, ਜਿਹੜੀਆਂ ਨੀਤੀਆਂ ਅਸੀਂ ਉਡੀਕਦੇ ਸੀ, ਬਹੁਤ ਡਰ ਸੀਗਾ ਕਿਤੇ ਰੂਲ ਨਾ ਚੇਂਜ ਹੋ ਜਾਣ, ਨਵੀਂ ਸਰਕਾਰ ਨਾ ਆ ਜਾਵੇ। ਅੱਜ ਕੁਝ ਨਹੀਂ ਹੋਇਆ, ਅੱਜ ਸਰਕਾਰਾਂ ਵੀ ਸਪੋਰਟ ਕਰਦੀਆਂ ਪਈਆਂ, ਦੇ ਆਰ ਵੈਲਕਮਿੰਗ। ਉਹਨਾਂ ਦਾ 10 ਲੱਖ ਸਟੂਡੈਂਟ ਦਾ ਟਾਰਗੇਟ ਹੈ। ਐਲੀਜੀਬਿਲਟੀ ਐਲੀਜੀਬਿਲਟੀ ਦੀ ਗੱਲ ਕਰ ਲਈਏ, ਐਲੀਜੀਬਿਲਟੀ ਕਿਸ ਬੇਸਿਸ 'ਤੇ ਚੈੱਕ ਕਰਕੇ ਤੁਸੀਂ ਇਸ ਸੈਮੀਨਾਰ ਦੇ ਵਿੱਚ ਜਿਹੜੇ ਵੀ ਵਿਦਿਆਰਥੀ ਉਹਨਾਂ ਨੂੰ ਸੱਦ ਰਹੇ? ਖੁੱਲ੍ਹਾ ਸੱਦਾ ਜੀ ਸਾਰਿਆਂ ਨੂੰ ਹੀ, ਜਿਹਦੇ 6 ਬੈਂਡ ਆਇਲਸ ਦੇ ਵਿੱਚ ਹੈ। ਸਿਰਫ 6 ਬੈਂਡ ਤੁਹਾਡੇ ਆਇਲਸ ਦੇ ਵਿੱਚ ਹੈਗੇ, ਪੜ੍ਹਾਈ ਛੱਡਿਆ ਟਾਈਮ ਹੋ ਚੁੱਕਾ, ਨੰਬਰ ਘੱਟ ਹੈ, ਅਤੇ ਆਲ ਆਰ ਵੈਲਕਮ, ਆਓ ਆ ਕੇ ਆਪਣੀਆਂ ਮੰਜ਼ਿਲਾਂ ਤੱਕ ਪਹੁੰਚੋ। ਵਿਨੇ ਜੀ, ਇੱਕ ਵੱਡਾ ਸਵਾਲ ਇਹ ਪੈਦਾ ਹੋ ਜਾਂਦਾ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ 6-6, 7-7 ਵਾਰ, 8-8 ਵਾਰ ਰਿਫਿਊਜ਼ਲ ਹੋ ਚੁੱਕੀ ਹੈ, ਅੰਬੈਸੀ ਵੱਲੋਂ ਰਿਫਿਊਜ਼ਲ ਹੋਈ ਹੈ, ਫਿਰ ਅੰਬੈਸੀ ਦੇ ਵਿੱਚ ਕਿਹੜੀ ਸੈਟਿੰਗ ਆ ਜਿਹਦੇ ਤੁਸੀਂ ਉਹਨਾਂ ਦੇ ਵੀਜ਼ੇ ਆਪਣੇ ਵੱਲੋਂ ਪੂਰਾ ਦਾਅਵਾ ਕਰਦੇ ਹੋ ਕਿ ਲਵਾ ਦਿੰਦੇ? ਕਾਰੋਬਾਰ ਕਰਨਾ ਆਉਂਦਾ ਜੀ ਸਾਨੂੰ, ਇਹ ਵਪਾਰ ਹੈ ਸਾਡਾ। ਕਦੀ ਵੀ ਕੋਈ ਵੀਜ਼ਾ ਅਫਸਰ ਕਿਸੇ ਦਾ ਵੀਜ਼ਾ ਰਿਫਿਊਜ਼ ਨਹੀਂ ਕਰਨਾ ਚਾਹੁੰਦਾ, ਉਹ ਕਹਿੰਦਾ ਮੈਨੂੰ ਚੰਗੀ ਤਰ੍ਹਾਂ ਪ੍ਰੈਜੈਂਟ ਤਾਂ ਕਰੋ ਫਾਈਲ। ਤੁਸੀਂ ਬਾਰ ਬਾਰ ਉਹੀ ਕਾਲਜ ਲੈ ਰਹੇ ਹੋ, ਉਹੀ ਕੋਰਸ ਲੈ ਰਹੇ ਹੋ ਜਿਹਦੇ ਵਿੱਚ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ, ਆਪਣਾ ਪ੍ਰੋਫਾਈਲ ਚੇਂਜ ਕਰੋ। ਰਿਫਿਊਜ਼ਲ ਲੈਟਰ ਦੇ ਵਿੱਚ ਲਿਖਦੇ ਆ ਕਲੀਅਰਲੀ
ਕਿ ਤੁਹਾਡੀ ਪ੍ਰੋਫਾਈਲ ਚੇਂਜ ਹੋਈ ਹੈ, ਤੁਹਾਨੂੰ ਲੱਗਦਾ ਤੁਹਾਡੇ ਨਾਲ ਧੱਕਾ ਹੋਇਆ, ਇਹਨੂੰ ਦੁਬਾਰਾ ਅਪਲਾਈ ਕਰੋ, ਵੀਜ਼ਾ ਲੈ ਕੇ ਦੇਵਾਂਗੇ। ਅਸੀਂ ਵੀਜ਼ਾ ਲੈਣ ਦਾ ਦਾਅਵਾ ਕਰਦੇ ਹਾਂ, ਵੀਜ਼ੇ ਤੱਕ ਬਚਾਵਾਂਗੇ। ਰਿਫਿਊਜ਼ਲ ਜਿਹਦੀ ਵੀ ਹੋਈ ਹੈ, ਇੱਕ ਵਾਰੀ ਸਾਡੇ ਕੋਲ ਆ ਕੇ ਮਿਲੇ, ਸੈਮੀਨਾਰ ਦਾ ਹਿੱਸਾ ਬਣੋ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਸੋ ਇਸ ਵਿਨੇ ਹਰੀ ਸਾਫ ਤੌਰ 'ਤੇ ਕਹਿ ਰਹੇ ਨੇ ਕਿ ਜਿੰਨੀ ਵਾਰ ਮਰਜ਼ੀ ਰਿਫਿਊਜ਼ਲ ਲੱਗੀ ਹੋਵੇ, ਅਸੀਂ ਪੂਰਾ ਦਾਅਵਾ ਕਰਦੇ ਹਾਂ ਕਿ ਤੁਹਾਡਾ ਰਿਫਿਊਜ਼ਲ ਹੋਇਆ ਕੰਮ ਜਿਹੜਾ ਸੀਗਾ ਉਹਨੂੰ ਨੇਪਰੇ ਚਾੜਾਂਗੇ, ਅਤੇ ਨਾਲ ਦੀ ਨਾਲ ਸਹੀ ਜਾਣਕਾਰੀ ਜਿਹੜੀ ਆ ਆਪਣੇ ਲੋਕ ਜਿਹੜੇ ਨੇ ਪੰਜਾਬ ਦੇ ਲੋਕ ਜਿਹੜੇ ਕੈਨੇਡਾ ਵਿੱਚ ਜਾਣਾ ਚਾਹੁੰਦੇ ਨੇ, ਵਿਦਿਆਰਥੀ ਜਿਹੜੇ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਨੇ, ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੇ। ਸੈਮੀਨਾਰਾਂ ਦੀ ਗੱਲ ਕਰ ਰਹੇ ਨੇ ਕਿ ਸੈਮੀਨਾਰਾਂ ਦੇ ਵਿੱਚ ਹਿੱਸਾ ਲੈ ਕੇ ਤੁਸੀਂ ਤਮਾਮ ਜਾਣਕਾਰੀ ਹਾਸਲ ਕਰ ਸਕਦੇ ਹੋ। ਸਹਿਯੋਗੀ ਅਮਰ ਦੇ ਨਾਲ ਹਰਦੀਪ ਸਿੰਘ ਪੋਗਲ, ਸਪੋਕਸਮੈਨ ਟੀਵੀ, ਜਲੰਧਰ।